ਅਸੀਂ ਤਾਂ ਬੜੇ ਗੁਨਾਹਗਾਰ ਨਾਹਦਾਰ ਸ਼ਾਹਕਾਰ ਬੜੇ ਪਾਪੀ ਹੈ ਮੇਰੇ ਸੋਹਣੇ ਅੱਲਾ। ਇਸ ਕਾਇਨਾਤ ਵਿੱਚ ਤੁਹਾਨੂੰ ਸਾਡੇ ਵਰਗਾ ਪਾਪੀ ਅਤੇ ਮੁਜਰਮ ਕੋਈ ਨਜ਼ਰ ਨਹੀਂ ਆਏਗਾ। ਤੂੰ ਗਫਾਰ ਸਤਾਰੇ ਸੌ ਬੰਦੇ ਦੇ ਕਾਤਲ ਨੂੰ ਮਾਫ਼ ਕੀਤਾ, ਸਾਨੂੰ ਵੀ ਮਾਫ਼ ਫਰਮਾ। ਅੱਲਾ ਕਿੱਥੇ ਜਾਈਏ, ਕੋਈ ਨਜ਼ਰ ਹੀ ਨਹੀਂ ਆਇਆ। ਅਤੇ ਜਦੋਂ ਦਾ ਤੁਸੀਂ ਨਜ਼ਰ ਆਏ ਹੋ, ਕਿਸੇ ਵੱਲ ਜਾਣ 'ਤੇ ਦਿਲ ਹੀ ਨਹੀਂ ਕਰਦਾ। ਤੁਸੀਂ ਸਾਡੇ ਬੜੇ ਸੋਹਣੇ ਅੱਲਾ ਹੋ, ਬੜੇ ਸੋਹਣੇ ਅੱਲਾ ਹੋ, ਬੜੇ ਸੋਹਣੇ ਅੱਲਾ ਹੋ, ਨਜ਼ਰੇ ਕਰਮ ਫਰਮਾ ਦਿਓ। ਯਾ ਰੱਬੇ ਲਕ ਅਲਹਮਦੋ ਕਮਾ ਯਮ ਬਗੀਲ ਜਲਾਲ ਵਧੇ ਕਾ ਵਾ ਅਜ਼ੀਮ ਸੁਲਤਾਨੇ ਕਾ ਅਲਾਮਾ ਸੱਲੇ ਅਲਾ ਮੁਹੰਮਦ ਵਾਲ ਮੁਹੰਮਦ ਵਬਾਰਕ ਸੱਲੇ। ਅੱਲਾ ਕਰੀਮ ਤੁਹਾਡੇ ਸੋਹਣੇ ਨਬੀ ਸੱਲਾ ਨੇ ਫਰਮਾਇਆ ਕਿ ਹਰ ਰਮਜ਼ਾਨ ਦੇ ਆਖਰੀ ਅਸ਼ਰੇ ਵਿੱਚ ਮੇਰੀ ਉਮਰ ਦੇ ਕਿੰਨੇ ਬੰਦੇ ਨੇ ਜਿਨ੍ਹਾਂ ਨੂੰ ਰੱਬ ਆਜ਼ਾਦ ਕਰ ਦਿੰਦਾ ਹੈ, ਮੇਰੇ ਸੋਹਣੇ ਅੱਲਾ ਸਾਨੂੰ ਵੀ ਉਹਨਾਂ ਵਿੱਚ ਸ਼ਾਮਿਲ ਫਰਮਾ ਲਓ। ਮੇਰੇ ਸੋਹਣੇ ਅੱਲਾ, ਇੰਨੀ ਅੱਜ ਮੁਅੱਦਬਾਨਾ ਗੁਜ਼ਾਰਿਸ਼ ਕਰਾਂਗੇ ਕਿ ਕੰਡ ਵਾਸਤੇ ਵੀ ਸਾਨੂੰ ਜਹਨਮ ਦਾ ਕੈਦੀ ਨਾ ਬਣਾ। ਮੇਰੇ ਸੋਹਣੇ ਅੱਲਾ, ਮੌਤ ਦੇ ਵਕਤ ਆਸਾਨੀ ਫਰਮਾਵੇ, ਮੌਲਾ ਕਰੀਮ ਹੋਸ਼ ਕਾਇਮ ਦੈਮ ਫਰਮਾਵੇ, ਬੇਹੋਸ਼ੀ ਦਾ ਆਲਮ ਨਾ ਹੋਵੇ, ਜ਼ਬਾਨ ਕਲਮਾ ਸ਼ਹਾਦਤ ਪੜ੍ਹਦੀ ਹੋਵੇ, ਹੋਸ਼ ਹਵਾਸ ਕਾਇਮ ਹੋਵਣ। ਅੱਲਾ ਜਦੋਂ ਕਬਰ ਵਿੱਚ ਜਾਈਏ ਤਾਂ ਫਿਰ ਮੁਨਕਰ ਅਤੇ ਨਕੀਰ ਨਜ਼ਰ ਨਾ ਆਏ, ਮੁਬੱਸ਼ਰ ਅਤੇ ਬਸ਼ੀਰ ਨਜ਼ਰ ਆਏ। ਮੇਰੇ ਸੋਹਣੇ ਅੱਲਾ, ਜਦੋਂ ਕਬਰਾਂ ਵਿੱਚ ਉੱਠੀਏ ਤਾਂ 50,000 ਸਾਲ ਦੇ ਦਿਨ ਨੂੰ 2 ਰਕਾਤ ਬਣਾ ਦੇ। ਉਹ ਮੇਰੇ ਸੋਹਣੇ ਅੱਲਾ, ਫਸਾ ਪਾਯੋ ਹਰ ਸਭੋ ਹਿਸਾਬੈ ਯਸੀਰਾ ਦਾ ਮਿਸਤਾਕ ਬਣਾ ਲੇ। ਮੇਰੇ ਅੱਲਾ, ਸਾਡੇ ਗੁਨਾਹਾਂ ਵੱਲ ਨਾ ਵੇਖਣਾ, ਬਸ ਆਪਣੀ ਰਹਿਮਤ ਦਾ ਲਿਹਾਜ਼ ਫਰਮਾ ਕੇ ਪੂਰੀ ਜ਼ਿੰਦਗੀ ਦੇ ਜਿੰਨੇ ਵੀ ਗੁਨਾਹ ਨੇ, ਕੁਛ ਯਾਦ ਨੇ ਕੁਛ ਯਾਦ ਨਹੀਂ, ਅੱਲਾ ਕੁਝ ਦਿਨ ਦੇ ਨੇ ਕੁਛ ਰਾਤ ਦੇ ਨੇ, ਕੋਈ ਸਫ਼ਰ ਵਿੱਚ ਸਨ ਕੋਈ ਹਜ਼ਰ ਵਿੱਚ, ਕੋਈ ਲੁਕ ਕੇ ਹੋਏ ਨੇ ਗੁਨਾਹ, ਕੋਈ ਛੁਪ ਕੇ ਹੋਏ ਨੇ, ਕੋਈ ਜ਼ਹਿਰ ਹੋਏ ਨੇ, ਕੋਈ ਛੋਟੇ ਹਨ ਕੋਈ ਵੱਡੇ ਹਨ। ਅੱਲਾ ਤੇਰੇ ਆਸਮਾਨ ਦੇ ਸਤਾਰਿਆਂ ਦੀ ਇੰਨੀ ਗਿਣਤੀ ਨਹੀਂ ਹੋਵੇਗੀ ਜਿੰਨੀ ਸਾਡੇ ਗੁਨਾਹਾਂ ਦੀ ਗਿਣਤੀ ਹੋ ਗਈ ਹੈ। ਕਿੱਥੇ ਜਾਈਏ, ਤੁਹਾਨੂੰ ਕਹਿਣਾ ਮੁਜਰਮ ਹੋ ਕੇ, ਪਾਪੀ ਹੋ ਕੇ, ਗੁਨਾਹਗਾਰ ਹੋ ਕੇ ਤੁਹਾਡੇ ਦਰਬਾਰ 'ਤੇ ਹਾਜ਼ਰ ਹੋਇਆ। ਉਹ ਮੇਰੇ ਸੋਹਣੇ ਅੱਲਾ, ਜਿਵੇਂ 100 ਬੰਦੇ ਦੇ ਕਾਤਲ ਨੂੰ ਮਾਫ਼ ਕੀਤਾ, ਕਿਫਲ ਨੂੰ ਮਾਫ਼ ਕੀਤਾ, ਅੱਲਾ ਕੁੱਤੇ ਨੂੰ ਪਾਣੀ ਪਿਲਾਉਣ ਵਾਲੀ ਵੀ ਜੰਨਤ ਦਾ ਟਿਕਟ ਲੈ ਗਈ ਤੁਹਾਡੇ ਕੋਲੋਂ। ਮੇਰੇ ਸੋਹਣੇ ਅੱਲਾ, ਸਾਨੂੰ ਵੀ ਜੰਨਤ ਦਾ ਟਿਕਟ ਨਸੀਬ ਫਰਮਾ। ਮੇਰੇ ਸੋਹਣੇ ਅੱਲਾ, ਅਸੀਂ ਕਿੰਨੇ ਬੰਦਿਆਂ ਨੇ ਹੱਥ ਜੋੜੇ ਨੇ, ਹੱਥ ਉਠਾਏ ਨੇ, ਸਾਨੂੰ ਕੋਈ ਗਲੀ ਬੂਹਾ ਨਜ਼ਰ ਹੀ ਨਹੀਂ ਆਇਆ। ਅੱਜ ਸਾਡੀ ਦਰਖਾਸਤ ਹੈ ਕਿ ਸਾਡੇ ਦਿਲਾਂ ਨੂੰ ਨਿਫਾਕ ਕੋਲੋਂ ਅੱਲਾ, ਮੇਰੇ ਅੱਲਾ ਜਿਵੇਂ ਕੈਂਸਰ ਤੂੰ ਬਚਾਇਆ ਜੇ, ਇਵੇਂ ਨਿਫਾਕ ਦੇ ਕੈਂਸਰ ਦੇ ਫੋੜਿਆਂ ਕੋਲੋਂ ਵੀ ਮਾਫੂਜ ਫਰਮਾ ਜੇ। ਕੈਂਸਰ ਦੇ ਫੋੜੇ ਬੰਦੇ ਨੂੰ ਮਾਰ ਦਿੰਦੇ ਨੇ, ਨਿਫਾਕ ਦੇ ਫੋੜੇ ਤਾਂ ਜਾਨਾਂ ਵਿੱਚ ਕੈਦ ਕਰ ਦਿੰਦੇ ਨੇ। ਅੱਲਾ ਨਿਫਾਕ ਦੀਆਂ ਪਲੀਸੀਆਂ ਤੋਂ ਬਸ ਬਚਾ ਕੇ ਰੱਖ। ਅੱਲਾ ਖੋਟਾ ਨਾ ਬਣਾ, ਖਰਾ ਬਣਾ। ਜਿਹੋ ਜਿਹਾ ਦਿਲ ਤੁਸੀਂ ਵੇਖਣਾ ਚਾਹੁੰਦੇ ਹੋ, ਦਿਲ ਦੀ ਤਸਵੀਰ ਉਹ ਜੀ ਬਣਾ। ਅੱਲਾ ਸਾਡੇ ਆਮਾਲ ਨੂੰ ਰਿਆਕਾਰੀ ਤੋਂ, ਦਿਖਾਵੇ ਤੋਂ, ਸੁਣਾਵੇ ਤੋਂ, ਸ਼ੋਹਰਤ ਤੋਂ ਅੱਲਾ ਕਰੀਮ ਮਹਫੂਜ਼ 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 ਫਰਮਾ। ਅੱਲਾ ਸਾਡੇ ਦਿਲਾਂ ਨੂੰ ਪਾਕ ਫਰਮਾ ਦੇ, ਜ਼ਬਾਨਾਂ ਨੂੰ ਝੂਠ ਦੀ ਲਾਨਤ ਤੋਂ ਬਚਾ ਲੈ, ਅੱਖਾਂ ਨੂੰ ਖਿਆਨਤ ਤੋਂ ਬਚਾ 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 ਬਚਾ। ਉਹ ਮੇਰੇ ਸੋਹਣੇ ਅੱਲਾ, ਜਿਹੋ ਜੀ ਤੁਸੀਂ ਅੱਖ ਵੇਖਣਾ ਚਾਹੁੰਦੇ ਹੋ, ਸਾਡੀ ਅੱਖ ਦਾ ਡਿਜ਼ਾਇਨ ਹੀ ਉਹ ਜਿਹਾ ਬਣਾ ਦੇ। ਅਸੀਂ ਚੱਲਦੇ ਫਿਰਦੇ ਵੀ ਬਾਜ਼ਾਰਾਂ ਵਿੱਚ ਗਲੀਆਂ ਵਿੱਚ ਤੈਨੂੰ ਸੋਹਣੇ ਲੱਗਦੇ ਹੋਈਏ। ਅੱਲਾ
ਜਿਵੇਂ ਸਾਨੂੰ ਜ਼ਹਿਰੀ ਹੁਸਨ ਦਿੱਤਾ ਜੇ ਸਾਡੇ ਅੰਦਰ ਵੀ ਹੁਸਨ ਈਮਾਨ ਦਾ ਪੈਦਾ ਫਰਮਾ ਦਿਓ। ਅੱਲਾ ਰਹਿੰਦੀ ਦੁਨੀਆ ਤੱਕ ਕੰਡ ਨਾ ਲੈ ਜੇ ਲਾ ਇਲਾਹ ਇਲੱਲਾ ਮੁਹੰਮਦ ਰਸੂਲਾ ਪੜ੍ਹ ਕੇ ਬੁੱਕਾ ਰਿਆਸਤ ਹਾਸਲ ਕੀਤੀ ਕਿਆਮਤ ਤੱਕ ਇਹਦੀ ਹਿਫਾਜ਼ਤ ਫਰਮਾਇਆ ਜੇ। ਅੱਲਾ ਜਿੰਨੇ ਮਜ਼ਲੂਮ ਮੁਸਲਮਾਨ ਨੇ ਮੌਲਾ ਕਰੀਮ ਉਹਨਾਂ ਦੀ ਮਦਦ ਫਰਮਾਓ, ਜ਼ਾਲਮਾਂ ਦੀਆਂ ਜੜ੍ਹਾਂ ਵੱਢ ਕੇ ਵਿਖਾਓ। ਅੱਲਾ ਇਹਨਾਂ ਦੇ ਪੈਰ ਹਿਲਾ ਕੇ ਦਿਖਾ ਦਿਓ, ਇਸਲਾਮ ਦਾ ਬੋਲ ਬਾਲਾ ਫਰਮਾ ਦਿਓ। ਅੱਲਾ ਕੁਫਰ ਨੂੰ ਬਿਲਕੁਲ ਖਤਮ ਫਰਮਾ ਦਿਓ, ਸਾਡੇ ਕਰਮ ਵਿੱਚ ਕੁਰਾਨ ਅਤੇ ਸੁਨਤ ਦਾ ਰਾਜ ਪੈਦਾ ਫਰਮਾ ਦਿਓ। ਨਜ਼ਰੇ ਕਰਮ ਕਰੋ, ਜੇਬਾਂ ਇੰਨੀਆਂ ਭਰੋ, ਕਿਸੇ ਦਾ ਮੁਹਤਾਜ ਨਾ ਕਰਨ। ਜਿਨ੍ਹਾਂ ਦੇ ਦਿਲ ਟੁੱਟ ਗਏ ਨੇ ਅੱਲਾ ਉਹਨਾਂ ਦੇ ਦਿਲ ਜੋੜ ਕੇ ਵੀ ਖਾ ਦੇ, ਜਿਨ੍ਹਾਂ ਦੀਆਂ ਗੋਦਾਂ ਖਾਲੀ ਨੇ ਹਰੀਆਂ ਕਰਕੇ ਵੀ ਖਾ ਦੇ। ਅੱਲਾ ਜਿਹੜੇ ਬਿੱਦਤ ਦੀ ਦਲਦਲ 'ਚ ਫਸੇ ਨੇ, ਅੱਲਾ ਉਹਨਾਂ ਨੂੰ ਸੁਨਤ ਦਾ ਤਾਜ ਪਹਿਨਾ ਦੇ। ਜਿਨ੍ਹਾਂ ਨੇ ਸ਼ਿਰਕ ਦੀ ਲਾਨਤ ਦਾ ਤੌਕ ਪਾਇਆ, ਅੱਲਾ ਉਹਨੂੰ ਤੋਹੀਦ ਦੇ ਚਸ਼ਮੇ ਦਾ ਪਾਣੀ ਪੀਣਾ ਨਸੀਬ ਫਰਮਾ ਦੇ। ਰੱਬਾਨਾ ਤਕੱਬਲ ਮਿੰਨਾ। ਅੱਲਾ ਆਦਮ ਅਲੈਹਿਸ ਸਲਾਮ ਤੋਂ ਲੈ ਕੇ ਹੁਣ ਤੱਕ ਜਿੰਨੇ ਮੋਮਨ ਦੁਨੀਆਂ ਤੋਂ ਰੁਖਸਤ ਹੋ ਚੁੱਕੇ ਨੇ, ਉਹਨਾਂ ਦੀਆਂ ਕਬਰਾਂ ਨੂੰ ਰੌਸ਼ਨ ਫਰਮਾ। ਰੱਬਾਨਾ ਤਕੱਬਲ ਮਿੰਨਾ, ਇੰਨਾ ਘੰਟਾ ਸਮੀਉਲਾ ਨਿਮਤ ਬਲੈਨਾ, ਇੰਨਾ ਘੰਟਾ ਤਵਾਬ ਰਹੀਮ। ਸੱਲੱਲਾਹੁ ਤਾਲਾ ਅਲਾ ਨਬੀਹੀ ਵਅਲਿਹੀ ਵਸਾਹਬੀ ਅਜਮਾਇਨ। ਮੇਰਾ ਮੈਂ ਦੇਖਾ ਯਾ ਰਹਾ ਮੇਰਾ।